ਗੱਲਬਾਤ ਚੱਲੀ। ਇਹਨਾਂ ਦਾ ਅੰਦਰ ਖਾਤਾ ਸੁਖਵੀਰ ਬਾਦਲ ਜੀ ਨਾਲ ਗੱਲਬਾਤ ਚੱਲ ਰਹੀ ਸੀ ਇਹਨਾਂ ਦੀ, ਤਾਂ ਕਿ ਅਸੀਂ ਜੁੜ ਜਾਈਏ। ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਜੁਆਇਨ ਕਰਨ ਵਾਸਤੇ ਇੱਕ ਹਾੜ ਆਇਆ ਹੈ। ਅਸੀਂ ਲਗਾਤਾਰ ਰੋਜ਼ ਹੀ ਕੋਈ ਨਾ ਕੋਈ ਗਰੁੱਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਜੁਆਇਨ ਕਰ ਰਿਹਾ। ਕੱਲ੍ਹ ਵੀ ਸਾਡੇ ਕੋਲ ਦਿੱਲੀ NCR ਇੰਦਰਾਪੁਰਮ ਔਰ ਗਾਜ਼ੀਆਬਾਦ ਦੇ ਕੋਈ 50 ਖਾਲਸੇ ਆਏ ਸਨ, ਜਿਨ੍ਹਾਂ ਨੇ ਸਾਡੀ ਪਾਰਟੀ ਜੁਆਇਨ ਕੀਤੀ। ਔਰ ਉਹਨਾਂ 'ਚੋਂ ਇੱਕ ਬੰਦੇ ਨੂੰ ਅਸੀਂ UP ਦਾ ਪ੍ਰਧਾਨ ਬਣਾ ਦਿੱਤਾ। ਔਰ ਉਹਦਾ ਪ੍ਰਾਮਿਸ ਇਹ ਕਿ ਮੈਂ UP ਦੇ ਹਰ ਸਟੇਸ਼ਨ 'ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਇਕੱਠਾ ਕਰਕੇ ਤੁਹਾਨੂੰ ਬੁਲਾ ਕੇ ਉਹਨਾਂ ਨੂੰ ਜੁਆਇਨ ਕਰਾਵਾਂਗੇ। ਔਰ ਜਲਦੀ ਹੀ ਅਸੀਂ ਇੰਦਰਾਪੁਰਮ ਗਾਜ਼ੀਆਬਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਆਪਣਾ ਦਫ਼ਤਰ ਖੋਲ੍ਹਣ ਜਾ ਰਿਹਾ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਸਾਡੀ ਸਟਰੈਂਥ ਕੱਲ੍ਹ 3 ਮੈਂਬਰਾਂ ਦੇ ਨਾਲ ਹੋਰ ਅੱਗੇ ਵੱਧ ਗਈ ਹੈ। ਔਰ ਜਿਹੜਾ ਦੂਸਰਾ ਗਰੁੱਪ ਹੈ ਉਹ ਖਾਲੀ ਮਾਈਨੋਰਿਟੀਜ਼ ਨਹੀਂ ਆਇਆ, ਲੇਕਿਨ ਬਹੁਤ ਹੀ ਪਿੱਛੇ ਰਹਿ ਗਿਆ ਹੈ। ਜਿੱਥੇ ਸਾਡੇ ਕੋਲ 33 ਮੈਂਬਰ ਹਨ, ਦੂਜੀ ਪਾਰਟੀ ਕੋਲ 15 ਮੈਂਬਰ ਹਨ, ਕਿੱਥੇ ਗੱਲ ਜਾ ਸਕਦੀ ਹੈ? ਅੱਜ ਕੱਲ੍ਹ ਤਾਂ ਹੈ ਕਿ ਹੱਥ ਖੜਾ ਕਰੋ, ਵੋਟ ਜਿੱਧਰ ਹੋਵੇ ਉਹੀ ਬਣਦਾ ਹੈ। ਸਾਡੇ ਪ੍ਰਧਾਨ ਕਾਲਕਾ ਜੀ ਥੋੜ੍ਹੀ ਦੰਦ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਸੀ, ਉਹ ਠੀਕ ਕਰਾ ਰਹੇ ਹਨ। ਹੋ ਸਕਦਾ ਹੈ ਲੰਗਰ ਛਕਦਿਆਂ ਦੇ ਕਰੀਬ ਆ ਵੀ ਜਾਣ। ਫਿਰ ਵੀ ਤੁਸੀਂ ਸ਼ਾਲੀਮਾਰ ਬਾਗ ਪੀਤਮਪੁਰਾ ਚੋਂ ਵੀ ਕੁਛ ਪੈਣਾ ਆਈਆਂ, ਤੁਸੀਂ ਆ ਕੇ ਆਪਣੇ ਇਸ ਪਹਾੜ ਦਾ ਮਾਣ ਵਧਾਇਆ। ਅੱਗੋਂ ਵੀ ਮੈਂ ਉਮੀਦ ਰੱਖਦਾ ਕਿ ਇੱਥੇ ਗੱਲ ਨਹੀਂ ਮੁੱਕਣੀ। ਤੁਸੀਂ ਸ਼ਾਲੀਮਾਰ ਬਾਗ ਦੇ ਵਿੱਚ ਔਰ ਪੀਤਮਪੁਰਾ ਦੇ ਵਿੱਚ ਔਰ ਹੋਰ ਵੀ ਜਿੱਥੇ ਜਿੱਥੇ ਤੁਹਾਡੀ ਗੱਲ ਬਣਦੀ ਹੈ, ਜਿੱਥੇ ਜਿੱਥੇ ਵੀ ਰਵਿੰਦਰ ਜੀ ਨਾਲ ਤੁਸੀਂ ਪ੍ਰੋਗਰਾਮ ਬਣਾਓਗੇ, ਇਹ ਦਫ਼ਤਰ ਤੁਹਾਡਾ ਹੈ, ਤੁਹਾਡਾ ਘਰ ਹੈ, ਤੁਸੀਂ ਜਦੋਂ ਚਾਹੋ ਇੱਥੇ ਆ ਸਕਦੇ ਹੋ। ਤੁਸੀਂ ਅਗਰ ਆਪਸ ਵਿੱਚ 10 ਭੈਣਾਂ ਨੇ ਵੀ ਮੀਟਿੰਗ ਕਰਨੀ ਹੋਵੇ ਤਾਂ ਜਗ੍ਹਾ ਤੁਹਾਡੇ ਵਾਸਤੇ। ਅਸੀਂ ਅੱਜ ਇਹ ਪ੍ਰੋਡਿਕਟ ਕਰਦੇ ਹਾਂ ਕਿ ਆਉਣ ਵਾਲੀ ਜਿਹੜੀ 2-2.5 ਸਾਲ ਬਾਅਦ ਇਲੈਕਸ਼ਨ ਹੋਏਗੀ, ਤੁਹਾਡੀ ਸਾਰਿਆਂ ਦੀ ਸਟਰੈਂਥ ਦੀ ਵਜ੍ਹਾ ਨਾਲ ਆਪੋਜੀਸ਼ਨ ਕੋਈ ਨਹੀਂ ਹੋਏਗੀ। ਇਹ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਹੀ ਸਾਰਾ ਕੰਮ ਕਰਦੀ ਹੈ। ਮੈਂ ਮੀਡੀਆ ਦੇ ਥਰੂ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਭੈਣਾਂ ਔਰ ਭਰਾ
ਮਨ ਵਿੱਚ ਸੋਚ ਰਹੇ ਹਨ ਵੀ ਕਦੋਂ ਜੁਆਇਨ ਕਰਨਾ, ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੈਲਕਮ, ਆਓ ਜਲਦੀ ਤੋਂ ਜਲਦੀ ਆ ਕੇ ਸਾਨੂੰ ਜੁਆਇਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਰਡ ਨੰਬਰ 4 ਤੋਂ ਅੱਜ ਬੀਬੀਆਂ ਜੁਆਇਨ ਹੋਈਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਇਸਤਰੀ ਵਿੰਗ ਦੇ ਵਿੱਚ, ਬਹੁਤ ਅੱਛਾ ਲੱਗਿਆ। ਅਤੇ ਕੱਲ੍ਹ ਵੀ ਜੋ ਮੈਂਬਰ ਆਪਣਾ ਦੂਸਰੀ ਪਾਰਟੀ ਨੂੰ ਛੱਡ ਕੇ ਜੁਆਇਨ ਹੋਏ ਨੇ, ਅਸੀਂ ਹੋਰ ਮੈਂਬਰਾਂ ਨੂੰ ਵੀ ਸੱਦਾ ਵੀ ਦਾਂਗੇ ਔਰ ਬੀਬੀਆਂ ਨੂੰ ਵੀ ਸੱਦਾ ਦਾਂਗੇ ਕਿ ਜਲਦੀ ਤੋਂ ਜਲਦੀ ਇੱਥੇ ਜੁਆਇਨ ਕਰਨ। ਆਪਣੇ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਕਾਲਕਾ ਜੀ, ਪ੍ਰਧਾਨ ਸਾਹਿਬ ਸਰਦਾਰ MPS ਚੱਡਾ ਜੀ ਜੇ, ਇਹਨਾਂ ਦੇ ਨਾਲ ਜੁੜ ਕੇ ਅਤੇ ਅਸੀਂ ਅੱਗੇ ਸੇਵਾਵਾਂ ਜੋ ਸਾਨੂੰ ਮਿਲਣਗੀਆਂ ਅਸੀਂ ਉਹ ਕਰੀਏ। ਅਤੇ ਮੈਂ ਸਾਰੀਆਂ ਬੀਬੀਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹੋਈਆਂ ਨੇ, ਬੀਬੀ ਜਸਬੀਰ ਕੌਰ ਜੀ ਵੀ। MPS ਚੱਡਾ ਜੀ ਨੂੰ ਅਸੀਂ ਜਾਣਦੇ ਹਾਂ, ਇਹਨਾਂ ਦੇ ਕੰਮ ਬਹੁਤ ਵਧੀਆ ਨੇ, ਬਹੁਤ ਅੱਛੇ ਕੰਮ ਕੀਤੇ ਨੇ ਸ਼ਾਲੀਮਾਰ ਬਾਗ ਵਿੱਚ, ਪੀਤਮਪੁਰਾ। ਇਹਨਾਂ ਨਾਲ ਜੁੜ ਕੇ ਸਾਨੂੰ ਦਿਲੋਂ ਖੁਸ਼ੀ ਹੋ ਰਹੀ ਹੈ। ਰਵਿੰਦਰ ਕੌਰ ਜੀ ਨਾਲ ਬਹੁਤ ਥੋੜ੍ਹੇ ਸਮੇਂ ਤੋਂ ਅਸੀਂ ਜੁੜੇ ਹਾਂ, ਲੇਕਿਨ ਸਾਨੂੰ ਦਿਲੋਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਅੱਗੋਂ ਵੀ ਜੁੜ ਕੇ ਇਹਨਾਂ ਨਾਲ ਕੰਮ ਕਰੀਏ। ਜੋ ਵੀ ਸੇਵਾ ਸਾਨੂੰ ਮਿਲੇਗੀ ਅਸੀਂ ਜ਼ਰੂਰ ਨਿਭਾਵਾਂਗੇ, ਦਿਲੋਂ ਨਿਭਾਵਾਂਗੇ। ਅਸੀਂ ਦਿਲ ਨਾਲ ਜੁੜਿਆ ਰਵਿੰਦਰ ਕੌਰ ਜੀ ਨਾਲ, MPS ਚੱਡਾ ਜੀ ਨਾਲ, ਔਰ ਅੱਗੋਂ ਵੀ ਜੋ ਵੀ ਸੇਵਾ ਦੇਣਗੇ ਸਾਰੇ ਅਸੀਂ ਮੈਂਬਰ ਜਿੰਨੇ ਵੀ ਬੈਠੇ ਹਾਂ ਦਿਲ ਨਾਲ ਮਿਲ ਕੇ ਕਰਾਂਗੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ, MPS ਚੱਡਾ ਜੀ ਦਾ, ਰਵਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਕਾਲਕਾ ਜੀ ਪ੍ਰਧਾਨ ਜੀ ਦਾ। ਦਿੱਲੀ ਸਟੇਟ ਵਿੱਚ ਸ਼ਾਮਿਲ ਹੋ ਕੇ ਸਾਨੂੰ ਬਹੁਤ ਅੱਛਾ ਲੱਗ ਰਿਹਾ, ਅੱਗੋਂ ਵੀ ਅਸੀਂ ਸਾਰਿਆਂ ਨਾਲ ਮਿਲ ਕੇ ਜੋ ਵੀ ਸਾਨੂੰ ਸੇਵਾ ਦਿੱਤੀ ਜਾਏਗੀ ਅਸੀਂ ਪੂਰੇ ਮਨ ਨਾਲ ਪੂਰੇ ਦਿਲ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜਾਇਆ ਕਹਿੰਦਾ ਔਰ ਵਧਾਈ ਦਿੰਦਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਵਾਰਡ ਤੋਂ ਖਾਲੀ ਜਿਹੜੇ ਲੇਡੀਜ਼ ਦਾ ਆਉਣਾ ਆਪਣੇ ਘਰਾਂ 'ਚੋਂ ਸਮਾਂ ਕੱਢ ਕੇ ਔਰ ਜਿਸ ਤਰੀਕੇ ਦੇ ਨਾਲ ਇੱਕ ਪੰਥਕ ਸੋਚ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਅੱਗੇ ਵੱਧ ਰਹੀ ਹੈ, ਕੌਮ ਦੇ ਸਾਰੇ ਕੰਮਾਂ ਦੀ ਜਿਹੜੀ ਹੈ ਅਗਵਾਈ ਵੀ ਕਰ ਰਹੀ ਹੈ ਔਰ ਕੌਮ ਦੇ ਹਰ ਗੱਲ ਦੇ ਉੱਤੇ ਪਹਿਰਾ ਵੀ ਦਿੱਤੀ ਜਾ ਰਹੀ ਹੈ। ਇਸ ਕਰਕੇ ਇਸ ਪਾਰਟੀ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ। ਤੁਸੀਂ ਦੇਖਿਆ ਕਿ ਪਿਛਲੇ 2 ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ UP ਤੋਂ ਵੀ ਸਾਡੇ ਇੱਥੇ ਭਰਾਵਾਂ ਨੇ ਸ਼ਮੂਲੀਅਤ ਪਾਈ ਹੈ, ਦੂਸਰੀ ਪਾਰਟੀਆਂ ਦੇ ਮੈਂਬਰਸ ਵੀ ਆਏ, ਇਸੇ ਤਰੀਕੇ ਦੇ ਨਾਲ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ ਸਮਝਦਾ ਕਿ ਸਰਦਾਰ MPS ਚੱਡਾ ਜੀ ਉਹਨਾਂ ਦੇ ਬੋਰਡ ਤੋਂ ਹੀ ਅੱਜ ਸਾਰੀ ਬੀਬੀਆਂ ਨੇ ਇੱਥੇ ਸ਼ਮੂਲੀਅਤ ਪਾਈ ਹੈ ਔਰ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਰੇ ਮਿਲ ਕੇ ਇਸੇ ਤਰੀਕੇ ਦੇ ਨਾਲ ਗੁਰੂ ਘਰਾਂ ਦੀਆਂ ਸੇਵਾਵਾਂ ਕਰ ਸਕੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਸੇਵਾਵਾਂ ਕਰ ਰਹੀ ਹੈ ਉਹ ਜਿੱਥੇ ਵਿੱਦਿਅਕ ਅਦਾਰਿਆਂ ਦੇ ਕੰਮ ਕੀਤੇ ਜਾਂਦੇ ਨੇ ਆਪਣੀ ਸ਼ਿਕਸ਼ਾ ਬੱਚਿਆਂ ਨੂੰ ਦੇਣ ਵਾਸਤੇ, ਉੱਥੇ ਹੀ ਮੈਡੀਕਲ ਦੀ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ, ਉੱਥੇ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕੀਤੀ ਜਾ ਰਹੀ ਹੈ, ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ ਸਮਝਦਾ ਕਿ ਅੱਜ ਸਭ ਤੋਂ ਵੱਡਾ ਜਿਹੜੀ ਤਾਕਤ ਹੈ ਉਹ ਇੱਕ ਔਰਤ ਦੇ ਕੋਲ ਹੁੰਦੀ ਹੈ ਜਿਹਨੂੰ ਬੜਾ ਵੱਡਾ ਮਾਣ ਗੁਰੂ ਸਾਹਿਬਾਂ ਨੇ ਆਪ ਦਿੱਤਾ ਔਰ ਇਸ ਮਾਂ ਬੋਲੀ ਨੂੰ ਘਰ ਤੱਕ ਪਹੁੰਚਾਉਣ ਵਾਸਤੇ ਸਾਰੀ ਬੀਬੀਆਂ ਦਾ ਅਸੀਂ ਸਹਿਯੋਗ ਲਵਾਂਗੇ। ਇਹਨਾਂ ਦਾ ਮੈਂ ਆਉਣ ਦਾ ਧੰਨਵਾਦ ਵੀ ਕਰਦਾ ਜੀ। ਪੁੱਛੋ ਸੰਤ ਮੇਰੋ ਠਾਕੁਰ ਕੈਸਾ।